ਭਿਆਨਕ ਸੜਕ ਹਾਦਸੇ ਦੇ ਵਿੱਚ ਇੱਕ ਮਾਂ ਅਤੇ ਉਸ ਦੇ ਮਾਸੂਮ 4 ਸਾਲਾ ਬੱਚੇ ਦੀ ਦਰਦਨਾਕ ਮੌਤ ਹੋ ਗਈ ਹੈ ਜੋ ਕਿ ਸੜਕ ਤੇ ਹੀ ਡਿੱਗੇ ਇੱਕ ਰਾਹਗੀਰ ਦੀ ਮਦਦ ਕਰਨ ਦੇ ਲਈ ਰੁਕੇ ਸਨ। ਦਰਅਸਲ ਪਤੀ ਪਤਨੀ ਆਪਣੇ 4 ਸਾਲਾਂ ਦੇ ਬੱਚੇ ਦੇ ਨਾਲ ਬਾਈਕ ਤੇ ਸਵਾਰ ਹੋ ਕੇ ਉਸ ਦੀ ਦਵਾਈ ਲੈਣ ਜਾ ਰਹੇ ਸਨ ਤਾਂ ਰਾਹ ਦੇ ਵਿੱਚ ਪਹਿਲਾਂ ਹੀ ਕੋਈ ਹਾਦਸਾ ਵਾਪਰਿਆ ਹੋਇਆ ਸੀ। ਜ਼ਖਮੀ ਰਾਹਗੀਰ ਨੂੰ ਦੇਖ ਕੇ ਪਤੀ ਪਤਨੀ ਨੇ ਬਾਈਕ ਰੋਕੀ ਅਤੇ ਫਿਰ ਸੜਕ ਤੇ ਉਸ ਦੀ ਮਦਦ ਕਰਨ ਲਈ ਚਲੇ ਗਏ। ਅਜਿਹੇ ਵਿੱਚ ਅਚਾਨਕ सामने तो आए एक तेज रफ्तार ट्राले ने मां ते बच्चे नु कुचल दिता। मौके ते ही दोनों दी मौत हो गई ते पिता दी अखां दे सामने ही उसका हसदा खेडदा परिवार उजड़ गया। उधर परिवार दा भी रो रो के बुरा हाल है। परिवारिक मैंबर ने दस्या है कि 27 साला मलकीत सिंह अपने 4 साल दे बेटे अभिजोत अते 26 साल दी पत्नी दीपू दे नाल बाइक ते जा रहा सी बच्चे दी दवाई लैण दे लई। राह दे विच सड़क हादसा वापरिया होया सी ते इक राहगीर जख्मी हालत च पिया सी जिसकी मदद करन लई ए परिवार उत्थे रुकिया। पति पत्नी बच्चे दे नाल ही सड़क ते जांदे ने, राहगीर दी मदद करदे ने ते अजिहे च इक तेज रफ्तार ट्राला आउंदा है, उहनां नूं टक्कर मार दिंदा है। मां ते मासूम बच्चे नूं कुचल के चला जांदा है। पिता दी अखां दे सामने ही उसका सारा परिवार उजड़ जांदा है। परिवार दे वल्लों पुलिस नूं शिकायत दित्ती गई है ते इंसाफ दी मंग कीती जा रही है। पुलिस ने भी मामला दर्ज कर लिया है ते अगे दी कारवाई कीती जा रही है। ਇਹ ਮਾਮਲਾ ਅਬੋਹਰ ਦੇ ਹੀ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ ਜਿੱਥੇ ਪਤੀ ਪਤਨੀ ਆਪਣੇ ਬੱਚੇ ਦੀ ਦਵਾਈ ਲੈਣ ਜਾ ਰਹੇ ਸਨ ਤਾਂ ਅਚਾਨਕ ਕਿਸੇ ਸੜਕ ਤੇ ਡਿੱਗੇ ਰਾਹਗੀਰ ਦੀ ਮਦਦ ਕਰਨ ਲਈ ਰੁਕੇ ਤਾਂ ਮਾਂ ਤੇ ਬੱਚੇ ਤੇ ਟਰਾਲਾ ਚੜ ਗਿਆ ਜਿਸ ਕਾਰਨ ਉਹਨਾਂ ਦੀ ਦਰਦਨਾਕ ਮੌਤ ਹੋ ਗਈ। ਫਿਲਹਾਲ ਉਹਨੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਦਵਾਈ ਦੇ ਲੈਣ ਜਾ ਰਹੇ ਸੀ, ਰਾਹ ਦੇ ਵਿੱਚ ਐਕਸੀਡੈਂਟ ਹੋਇਆ ਪਿਆ ਸੀ। ਉਹਨਾਂ ਨੂੰ ਚੱਕਣ ਦੇ ਕਾਰਨ ਬਚਾਉਣ ਦੀ ਖਾਤਰ ਅਸੀਂ ਰੁਕੇ ਹੋਏ ਸੀ ਉੱਥੇ ਅਤੇ ਉੱਧਰ ਕੋਈ ਵਹੀਕਲ ਆਇਆ ਫਿਟਰ, ਉਹਨਾਂ ਦੋਨੋਂ ਮੇਰੇ ਬੱਚੇ ਨੂੰ ਮੇਰੀ ਪਤਨੀ ਨੂੰ ਪੇੜ 'ਚ ਲੈ ਲਿਆ ਜੀ। ਮੈਂ ਸਾਕ ਸਾਈਡ ਤੋਂ ਉਹਨਾਂ ਦੋਨਾਂ ਡੈਥ ਹੋ ਗਈ ਜੀ, ਮੌਕੇ 'ਤੇ ਬਛਿੰਡੇ 'ਤੇ ਜਾ ਰਹੇ ਸੀ। ਇਹ ਮੇਰੇ ਬ੍ਰਦਰ ਨੇ ਜੀ, ਇਹ ਆਪਣੇ ਬੱਚੇ ਦੀ ਦਵਾਈ ਲੈਣ ਜਾ ਰਹੇ ਸੀ ਖੁੱਬਣ ਜੀ, ਅਤੇ ਰਸਤੇ ਦੇ ਵਿੱਚ ਇੱਕ ਸਾਈਕਲ ਦਾ ਐਕਸੀਡੈਂਟ ਹੋਇਆ ਸੀਗਾ ਜੀ। ਇਹ ਉਹਨਾਂ ਦੀ ਹੈਲਪ ਕਰਨ ਵਾਸਤੇ ਰੁਕੇ ਸੀਗੇ। ਜਦੋਂ ਇਹ ਦੂਜੇ ਪਾਸੇ ਗਏ ਹੈਲਪ ਕਰਨ ਵਾਸਤੇ ਤਾਂ ਉੱਧਰ ਇੱਕ ਫਿਟਰ ਰੇੜਾ ਆਇਆ ਜੀ, ਅਤੇ ਉਹਨਾਂ ਨੇ ਫਿਟਰ ਰੇੜਾ ਨੇ ਲਪੇਟ 'ਚ ਲੈ ਲਿਆ ਜੀ ਇਹਨਾਂ ਦਾ ਬੱਚਾ 4 ਸਾਲਾਂ ਦਾ ਅਤੇ ਇਹਨਾਂ ਦੀ ਪਤਨੀ ਜੀ। ਉਹਨਾਂ ਦੋਵਾਂ ਨੂੰ ਅਸੀਂ ਜਦੋਂ ਬਠਿੰਡੇ ਹਸਪਤਾਲ ਲੈ ਕੇ ਗਏ ਜੀ, ਉਹਨਾਂ ਦੀ ਡੈਥ ਹੋ ਗਈ। ਬੱਚੇ ਦਾ ਨਾਂ ਅਭਿਜੋਤ ਆ ਜੀ, ਇਹਨਾਂ ਦੀ ਵਾਈਫ ਦਾ ਨਾਂ ਹੈਗਾ ਜੀ ਦੀਪੂ ਰਾਣੀ, ਵਾਸੀ ਪਿੰਡ ਸ਼ੇਰਾਂ ਵਾਲਾ ਕੁੱਤਿਆਂ ਵਾਲੀ ਮਲੋਟ। ਇਹ ਤਾਂ ਠੀਕ ਨੇ ਜੀ, ਇਹ ਤਾਂ ਸਾਈਡ 'ਤੇ ਸੀਗੇ ਜੀ, ਉਹ ਟੈਂਪੂ 'ਚ ਸਿੱਧਾ ਉਹਨਾਂ ਵੱਲ ਆਇਆ ਅਤੇ ਉਹਨਾਂ ਨੂੰ ਫੇਟ ਮਾਰ ਕੇ ਭੱਜ ਗਏ ਟੈਂਪੂ। ਮੰਗ ਇਹੀ ਕਰਦੇ ਜੀ ਵੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ। ਆਪਣੀ ਪਤਨੀ ਦੇ ਨਾਲ ਆਪਣਾ 4 ਸਾਲ ਦਾ ਬੱਚਾ ਸੀ ਅਭਿਜੋਤ ਸਿੰਘ, ਉਹਨੂੰ ਦਵਾਈ ਲਵਾਉਣ ਵਾਸਤੇ ਖੁੱਬਣ ਨੂੰ ਆ ਰਹੇ ਸੀ ਅਤੇ ਰਸਤੇ ਦੇ ਵਿੱਚ ਇੱਕ ਮੋਟਰਸਾਈਕਲ ਅਤੇ ਸਾਈਕਲ ਵਾਲੇ ਦਾ ਐਕਸੀਡੈਂਟ ਹੋਇਆ ਸੀ। ਇਹ ਆਪਣਾ ਮੋਟਰਸਾਈਕਲ ਰੋਕ ਕੇ ਉਹਨਾਂ ਨੂੰ ਬਚਾ ਰਹੇ ਸੀ ਅਤੇ ਇੰਨੇ ਨੂੰ ਹੀ ਇੱਕ ਘੜੁੱਕਾ ਸੀ ਜਿਹਦੀਆਂ ਲਾਈਟਾਂ ਨਹੀਂ ਸੀ ਜਗਦੀਆਂ ਅਤੇ ਉਹਨੇ ਬੜਾ ਲਾਪਰਵਾਹੀ ਦੇ ਨਾਲ ਲਿਆ ਕੇ ਬੱਚੇ ਅਭਿਜੋਤ ਅਤੇ ਲਕੀਰ ਸਿੰਘ ਦੀ ਪਤਨੀ ਦੀਪੂ ਕੌਰ ਦੇ ਉੱਤੇ ਲਿਆ ਕੇ ਚੜ੍ਹਾ ਦਿੱਤਾ, ਜਿਹਦੇ ਨਾਲ ਉਹਨਾਂ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ। ਬਾਅਦ ਦੇ ਵਿੱਚ ਇਲਾਜ ਕਰਾਉਣ ਵਾਸਤੇ ਉਹਨਾਂ ਦਾ ਬਠਿੰਡੇ ਗਏ ਅਤੇ ਜਿਹੜੇ ਮਤਲਬ ਰਸਤੇ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਸੀ, ਜਿਹੜਾ ਡਾਕਟਰ ਸਾਹਿਬ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ, ਜਿਹਦੇ ਸੰਬੰਧ ਦੇ ਵਿੱਚ ਮੁਕੱਦਮਾ 304 ਦੇ ਵਿੱਚ ਦਰਜ ਕਰਤਾ, ਪੇਸ਼ ਕੀਤੀ ਜਾ ਰਹੀ ਹੈ। ਜਿਹੜਾ ਘੜੁੱਕੇ ਵਾਲਾ ਅੱਜ ਤੱਕ ਨਹੀਂ ਮਿਲਿਆ, ਇਹਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ।